ਸੀਬੀ ਵਾਲੇ ਟੋਏ ਚ ਇਹ ਪੱਕਾ ਕਰੂਗਾ ਜੀ ਦਾਣਾ 50% ਚਿੱਟੇ ਰੰਗ ਦਾ 50% ਲਾਲ ਉਹਨੇ ਗੱਲ ਨਹੀਂ ਕਰਨ ਉਹ ਬੰਦੇ ਚਾਰ ਨਾ ਪਾਉਣ ਪੱਕਣ ਵਾਲੇ ਪਾਸੇ ਬਾਗੀ ਉਹਦਾ ਰਿਜ਼ਲਟ ਵਧੀ ਜਾਊਗਾ ਖਰਾਬ ਨਹੀਂ ਆਉਂਦਾ ਜੀ ਬਾਣਾਂ ਨੂੰ ਬਹੇ ਬੰਦਾ ਗੋਇਸਾਂ ਹੀ ਨਿਕਲ ਜਾਂਦੇ ਨੇ ਕੁਝ ਨਹੀਂ ਹੁੰਦਾ ਜੀ ਉੱਤੇ ਛਿੱਟਾ ਦੇ ਦੋ ਜੂਰੀਏ ਵਾਂਗੂ ਦੂਜੀ ਤੂੜੀ ਪਾਲਿਓ ਨਾ ਪਾਲਿਓ ਫਰਕ ਹੀ ਨਹੀਂ ਪੈਂਦਾ ਤੂੜੀ ਨਾਲ ਕੋਈ ਲਿੰਕ ਨਹੀਂ ਹੈ ਦੋਸਤੋ ਅੱਜ ਕੱਲ ਬਹੁਤ ਵੱਡੀ ਤਦਾਦ ਦੇ ਵਿੱਚ ਮੱਕੀ ਦਾ ਅਚਾਰ ਪਾਇਆ ਜਾਂਦਾ ਆਪਾਂ ਲਗਭਗ ਸਾਰੇ ਹੀ ਕਿਸਾਨ ਹੁਣ ਮੱਕੀ ਦਾ ਸਾਇਲੇਜ ਬਣਾਉਣ ਲੱਗੇ ਪਰ ਇਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਕੀ ਆ ਮੈਨੂੰ ਲੱਗਦਾ ਹਰ ਸਾਲ ਘੱਟੋ ਘੱਟ ਆਪਣਾ 25 ਤੋਂ 30% ਅਚਾਰ ਹੈ ਜਿਹੜਾ ਉਹ ਗਲ ਜਾਂਦਾ ਉਹਨੂੰ ਆਪਾਂ ਸਾਈਡਾਂ ਤੇ ਕੱਢੀ ਜਾਂਦੇ ਆ ਤੇ ਇਹਦਾ ਕਾਰਨ ਕੀ ਹੁੰਦਾ ਹੈ ਅਜੇਹਾ ਕੋਈ ਤਰੀਕਾ ਹੈਗਾ ਜਿਹਦੇ ਨਾਲ ਆਪਣਾ 100% ਚਾਰਾ ਜਿਹੜਾ 100 ਨਹੀਂ ਤਾਂ 90 95 95 ਤੋਂ 100% ਦੀ ਤੱਕ ਸੇਫ ਰਹਿ ਸਕਦਾ ਉਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਨ ਜਾ ਰਹੇ ਆ ਤੇ ਸਸ਼ੀਕਲ ਵੀਰ ਜੀ ਸਸ਼ੀਕਲ ਬਾਈ ਜੀ ਸਾਰੇ ਆਸਾਨ ਭਰਾਵਾਂ ਨੂੰ ਵੀ ਸਸ਼ੀਕਲ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਇਹੀ ਕਰਨ ਜਾ ਰਹੇ ਆ ਅੱਜ ਆਪਣਾ ਟੌਪਿਕ ਇਹੀ ਆ ਵੀ ਮੱਕੀ ਦਾ ਸਾਇਲੇਜ ਆ ਜਿਹੜਾ ਇਹ ਆਪਾਂ ਨੂੰ ਪਾਉਣ ਵੇਲੇ ਜਾਂ ਇਸ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਜਿਹੜਾ ਆਪਣਾ ਗਲੇਣਾ ਦੇਖੋ ਵੀਰ ਜੀ ਜਿਹੜੀ ਆਪਾਂ ਗੱਲ ਕਰਦੇ ਆ ਗਲਣ ਦੀ ਹਣਾ ਹੂੰ ਗਲਣ ਦੇ ਬਹੁਤ ਸਾਰੇ ਕਾਰਨ ਨੇ ਠੀਕ ਹੈ ਇਹ ਦੋ ਥਾਂੋਂ ਗਲਦਾ ਜਿਆਦਾ ਇੱਕ ਤਾਂ ਇੱਥੋਂ ਉੱਪਰੋਂ ਕਾਗਜ਼ੇ ਕੋਲੋਂ ਤੇ ਇੱਕ ਗਲਦਾ ਸਾਈਡਾਂ ਤੋਂ ਦੇਖੋ ਜਿਹੜਾ ਸਾਡੇ ਕਾਗਜ਼ੇ ਕੋਲੋਂ ਗਲਿਆ ਹੋਇਆ ਹਨ ਹੂੰ ਥੋੜਾ ਜਿਹਾ ਠੀਕ ਆ ਬਾਕੀ ਸਾਰੇ ਕਿਤੇ ਸਹੀ ਆ ਹਾਂ ਜਿਹੜਾ ਇਹ ਗਲਿਆ ਹੋਇਆਗਾ ਜੀ ਸਾਡੇ ਹੂੰ ਸਾਡੇ ਤਾਂ ਮਾਲਕੇ ਜੰਗਲੀ ਸੂਰਾ ਨੇ ਕਾਗਜ਼ ਉੱਪਰੋਂ ਪੱਟਤਾ ਜੀ ਇਹਦੇ ਹਵਾ ਪੈ ਗਈ ਸਾਡੇ ਤਾਂ ਗਲਿਆ ਨਹੀਂ ਆਗਰਬਾਜ ਸਾਡੇ ਚਾਰ ਨਹੀਂ ਗਲਿਆ ਤੀਗਾ ਬਿਲਕੁਲ ਵੀ ਨਹੀਂ ਗਲਿਆ ਬਿਲਕੁਲ ਨਹੀਂ ਗਲਿਆ ਤੀਗਾ ਹੁਣ ਕਾਰਨ ਹੂੰ ਜਿਹੜੇ ਪੁਆਇੰਟ ਨੇਗੇ ਇੱਕ ਤਾਂ ਬਾਈ ਮਤਲਕਿ ਜਿਹਨੇ ਕੀਲੇ ਤੋਂ ਕੀਲੇ ਦਾ ਚਾਰ ਪਾਉਣਾ ਹਨ ਹੂੰ ਜਿਹਨੇ ਤਾਂ ਵੱਡੇ ਪੱਦਰ ਦਾ ਪਾਉਣਾ ਉਹਦੇ ਤਾਂ ਵੱਡੀਆਂ 150 ਪਸ਼ੂ ਆ ਹੂੰ ਉਹਦੇ ਤਾਂ ਟੋਆ ਜਿਹੇ ਜਾਂ ਮਰਜੀ ਹੋਵੇ ਜੀ ਗਲਦਾ ਨਹੀਂ ਉਹਦੇ ਕਿਉਂ ਨਹੀਂ ਗਲਦਾ ਰੀਜਨ ਰੀਜਨ ਉਹਦੇ ਲਾਗਤ ਬਹੁਤ ਹੁੰਦੀ ਆ ਰੋਜ਼ ਦੀ ਰੋਜ਼ ਹੂੰ ਇੱਕ ਅਸੀਂ ਰਿਸਟਰੀਸ ਪਾਉਣੇ ਹੁੰਦੇ ਆ ਸਾਡੇ ਕੋਲੇ ਦੋ ਕੁ ਪਸ਼ੂ ਨੇ ਹੂੰ ਆਪਾਂ ਤਾਂ ਵੀ ਪਾਲਨੇ ਆ ਤਾਂ ਵੀ ਪਾਲਨੇ ਆ ਉਥੇ ਟੋਆ ਪਟਾ ਲੈਨੇ ਆਪਾਂ ਜੀਸੀਬੀ ਤੋਂ ਹੂੰ ਜੀਸੀਬੀ ਵਾਲੇ ਟੋਏ ਚ ਇਹ ਪੱਕਾ ਕਰੂਗਾ ਜੀ ਕਾਰਨ ਉਹ ਜਿਹੜਾ ਟੋਆ ਹੁੰਦਾ ਜੀ ਉਹ ਟੋਆ ਡੂੰਗਾ ਹੁੰਦਾਗਾ ਹੂੰ ਹਾਂ ਵਿਚੋਂ ਥੱਲੋਂ ਜਿਆਦਾ ਨਗਾਈ ਹੋਏ ਜਾਂ ਜਿੰਨਾ ਕਿੰਨਾ ਕੁ ਘੱਟ ਲਾ ਲੂ ਉਹ ਨਹੀਂ ਘੱਟ ਕਰ ਸਕਦਾ ਘੱਟ ਨਹੀਂ ਨਾ ਕਰ ਸਕਦਾ ਹੂੰ ਥੋੜੀ ਜਗ੍ਹਾ ਚ ਉਹ ਜਿਹੜਾ ਚਾਰ ਦੀ ਪ੍ਰੈਸ ਹੋਣ ਦਾ ਸਿਸਟਮ ਆ ਉਹ ਗਲਤ ਹੋ ਜਾਂਦਾ ਉਹ ਜਿਆਦਾ ਹੁੰਦਾ ਪ੍ਰੈਸ ਉਹ ਚ ਹੈਨਾ ਨਹੀਂ ਹੁੰਦਾ ਹੀ ਨਹੀਂ ਉਹ ਚ ਡੂੰਘੇ ਚ ਹੁੰਦਾ ਨਹੀਂ ਨਹੀਂ ਹੁੰਦਾ ਜੀ ਅੱਛਾ ਮੰਨ ਲਓ ਹੁਣ ਤੁਸੀਂ ਆਪਾਂ ਨੇ ਪੂਰਾ ਡੂੰਗਾ ਟੋਆ ਕਰ ਲਿਆ ਪੱਟਣੀਆਂ ਆਪਾਂ ਦੋ ਪੰਡਾਂ ਨੇ ਜੀ ਐਨਾ ਟੋਆ ਦਾ ਉਹਨੂੰ ਸਾਰੇ ਨੂੰ ਕਿਵੇਂ ਪੱਟਾਂਗੇ ਆਪਾਂ ਜੀ ਨਹੀਂ ਪੱਟਿਆ ਜਾਂਦਾ ਜੇ ਜਦੋਂ ਇਹ ਸਾਰਾ ਪੱਟਣ ਤੋਂ ਰਹਿ ਗਿਆ ਇਹਨੂੰ ਉਲੀ ਆਉਣੀ ਸ਼ੁਰੂ ਹੋ ਜਾ ਪਰ ਇੱਕ ਵਾਰੀ ਜਿੰਨੀ ਇਹਦੀ ਲੇਅਰ ਆ ਗਈ ਜਿੰਨਾ ਫਰੇਮ ਆ ਫਰੇਮ ਆ ਉਹਨਾ ਹੈ ਸਾਰਾ ਪੱਟ ਇੰਚ ਤੱਕ ਇਹ ਪੱਟਿਆ ਜਾਣਾ ਚਾਹੀਦਾ ਡੇਲੀ ਸਾਰਾ ਲੈ ਜਾ ਇੱਕ ਵਾਰੀ ਸਾਰਾ ਲੈ ਜਾ ਇੱਕ ਵਾਰੀ ਤੇ ਫਿਰ ਉਹ ਆ ਹੁਣ ਕਿੰਦਾ ਦਾ ਚਾਹੀਦਾ ਜੀ ਹਾਂ ਜਿਨੇ ਹੁਣ 2-4 ਡੰਗਰਾਂ ਵਾਸਤੇ 4 ਡੰਗਰਾਂ ਵਾਸਤੇ 4 ਪਾਉਣਾ 4 ਡੰਗਰਾਂ ਵਾਸਤੇ 4 ਪਾਉਣਾ 2.5 ਕਿਲਰਾਂ ਦਾ ਬਾਧੂ 1 ਸਾਲ ਵਾਸਤੇ ਜੀ 2.5 ਤੋਂ 3 ਇੱਕੜ ਹਾਂ ਉਹਨੇ ਕੀ ਕਰਨਾ 15 ਫੁੱਟ ਚੌੜਾ 30 ਫੁੱਟ ਲੰਬਾ ਜੀ ਉਹਨੂੰ ਜ਼ਮੀਨ ਨੂੰ ਬਾਹ ਲੈਣਾ ਜੀ ਉਨੀ ਜ਼ਮੀਨ ਹੜਾ ਨਾਲ ਵਾਹ ਕੇ ਜਿਹੜੀ ਉਹ ਮਿੱਟੀ ਹੈਗੀ ਜਿੰਦਰਿਆਂ ਨਾਲ ਕਈਆਂ ਨਾਲ ਉਹ ਬਾਹੀ ਮਿੱਟੀ ਹੋਈ ਚੱਕ ਲੈਣੀ ਬੱਟਾ ਬਣਾਉਣੀ ਆ ਉਸੇ ਮਿੱਟੀ ਦੀਆਂ ਬਣਾਉਣੀਆਂ ਨੇ ਬਾਹਰੋਂ ਨਹੀਂ ਬਣਾਉਣਾ ਜੀ ਜਮੀਨ ਬਾਕੇ ਡੇਢ ਕਫੂਟ ਦੀ ਵਟ ਬਣ ਗਈ ਜੇ ਤੁਹਾਨੂੰ ਫੇਰ ਲੱਗਦਾ ਵੀ ਥੋੜਾ ਜਿਹਾ ਘਟਣਾ ਰਹੇ ਜੇ ਇੱਕ ਵਾਰੀ ਫੇਰ ਬਾ ਲੈਣਾ ਜੇ 12ਵਾਂ ਟਰਾਲੀ ਮਿੱਟੀ ਦੀ ਲੈ ਬਾਹੋਂ ਨਹੀਂ ਫੇਰ ਤਾਂ ਗਲੂਗਾ ਅੱਛਾ ਤਿਆਰ ਬਾਇ ਹੈ ਜੀ ਫੇਰ ਨਹੀਂ ਰਹਿੰਦਾ 12 ਦਾ ਫੇਰ ਉਹਨੀਆਂ ਵਟਾਂ ਪੰਜ ਛੀ ਟਰਾਲੀਆਂ ਨਾਲ ਹੋਣਗੀਆਂ ਹੂੰ ਤੇ ਡੂੰਗਾ ਨਹੀਂ ਜਾਣਾ ਕਹਿਣ ਦਾ ਮਕਸਦ ਤਾਂ ਜਿਹੜਾ ਆਪਣਾ ਮਤਲਬ ਕਿ ਦੋ ਵਾਰੀ ਮਿੱਟੀ ਬਾ ਕੇ ਆਪਾਂ ਬਣਾਲੀ ਹੂੰ ਤੇ ਉਹ ਲੇਅਰ ਵਿੱਚ ਦੀ 2 ਫੂਟ ਦੀ ਜੀ ਸਾਰੇ 4 ਦੀ 2.5 ਫੁੱਟ ਦੀ ਹੂੰ ਉਹ ਤੁਸੀਂ 4 4 ਪਸ਼ੂਆਂ ਵਾਸਤੇ 2.5 ਫੁੱਟ ਦੀ ਲੇਅਰ ਪੱਟਤਾ ਲਓਗੇ ਨਾ ਹੂੰ ਸਹੀ ਗੱਲ ਇਹ ਤਾਂ ਹੋ ਗਿਆ ਵੀ ਟੋਏ ਦਾ ਹਨਾ ਬੇਕਨ ਟੋਆ ਇਦਾਂ ਬਣਾਉਣਾ ਚਾਹੀਦਾ ਇਸ ਤਰ੍ਹਾਂ ਦਾ ਬਣਾਉਣਾ ਟੋਆ ਸਿਰਫ ਕਈਆਂ ਤੇ ਹੱਥਾਂ ਨਾਲ ਜਿੰਦਰਾ ਬਾਹੀ ਜ਼ਮੀਨ ਨਾਲ ਜ਼ਮੀਨ ਬਾਹ ਕੇ ਆਪਾਂ ਵਿੱਚੋਂ ਮਿੱਟੀ ਕੱਢ ਦੇਣੀ ਆ ਉਹ ਹੀ ਟੋਆ ਕੰਮਜਾ ਠੀਕ ਹੈ ਮਤਲਬ ਆਮ ਅਸੀਂ ਕੀ ਕਰਦੇ ਆ ਸਾਰੇ ਲੋਕ ਜੀ ਸੀ ਬੀ ਮਲੋਂਦੇ ਨੇ ਜੀ ਸੀ ਬੀ ਉਹ ਪੱਟ ਕੇ ਵੱਡੇ ਫਾਰਮਰਾਂ ਦਾ ਕੋਈ ਚੱਕਰ ਨਹੀਂ ਵੱਡੇ ਇਹੜੇ ਵੱਡੇ ਫਾਰਮਰ ਨੇ ਬਾਈ ਉਹਨਾਂ ਕੋਲ ਤਾਂ ਦੇਸੀ ਪੀਨਾ ਟੋਏ ਕਰਕੇ ਪੱਕੇ ਹੋਣਗੇ ਹਮ ਵੱਡੇ ਵੱਡਾ ਫਾਰਮ ਵਾਲਾ ਉਹਨੂੰ ਦਾ ਤਜਰਬਾ ਹੁੰਦਾ ਉਹ ਗੱਲ ਨਹੀਂ ਦਿੰਦਾ ਚਾ ਜੀ ਤੇ ਹੁਣ ਟੋਏ ਤੋਂ ਬਿਨਾ ਹੋਰ ਕਿਹੜੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ ਟੋਏ ਤੋਂ ਬਿਨਾ ਬਾਈ ਜੀ ਮਤਲਬ ਕਿ ਵੀ ਜਿਹੜਾ ਮੱਕੀ ਵੱਢਣ ਵੇਲੇ ਮੱਕੀ ਦਾ ਪਕਾ ਕਿੰਨਾ ਕੁ ਚਾਹੀਦਾ ਇਹ ਵੀ ਦੱਸ ਹਾਂ ਮੈਂ ਇਹ ਵੀ ਮੈਂ ਇਹ ਵੀ ਇੱਕ ਪੁਆਇੰਟ ਆ ਆਪਾਂ ਕੀ ਕਰਦੇ ਆ ਵੀ ਆਪਣੇ ਤਕਰੀਬਨ ਜਿਹੜਾ ਸੰਗਰੂਰ ਪਟਿਆਲਾ ਬਰਨਾਲਾ ਮਾਨਸਾ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਮੋਗੇ ਚ ਤਾਂ ਬਾਈ ਗੇਤਾ ਚਾਰ ਪੰਜ ਦਾ ਬਹੁਤ ਹਾਂ ਪਹਿਲੇ ਹੀ ਇਹ ਹਾਂ ਇਹਨਾਂ ਦੇ ਵਿੱਚ ਕਣਕ ਵੱਢ ਕੇ ਫੇਰ ਚਾਰ ਫੇਰ ਚਾਰ ਪੰਜ ਹੂੰ ਹੁਣ ਉੱਥੇ ਜਾ ਕੇ ਕੀ ਹੁੰਦਾਗਾ ਜਦੋਂ ਮਾਣੀ ਦੀ ਬੱਦਲ ਪਾਈ ਹੋਗੀ ਬੰਦੇ ਘਵਰਾ ਜਾਂਦੇ ਨੇ ਮੀਂਹ ਆਊਗਾ ਮੀਂਹ ਆਊਗਾ ਕੱਚੀ ਪੱਕੀ ਨਾ ਕੱਚੀ ਮੱਕੀ ਹੀ ਵੱਢ ਕੇ ਸੜਨ ਦਿੰਦੇ ਨੇ ਜਿਹੜੀ ਗੱਲ ਯਾਰ ਮੀਂਹ ਵਾਲੀ ਆ ਹੂੰ ਸਾਡੇ ਲੋਕ ਰੱਬ ਨੂੰ ਟੁੱਟ ਗਏ ਜੀ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਦੱਸਿਆ ਜਿਹੜੀ ਕੁਦਰਤ ਆ ਉਹ ਤਾਂ ਬੰਦਾ ਭੱਜ ਨਹੀਂ ਸਕਦਾ ਹੂੰ ਜਿੱਥੇ ਮਰਜੀ ਭੱਜ ਲੈ ਰਾਤ ਨੂੰ ਟੈਨਸ਼ਨਾਂ ਲਈ ਜਾਵੇ ਰੋਈ ਜਾਵੇ ਪਿੱਟੀ ਜਾਵੇ ਜੋ ਕੁਦਰਤ ਨੇ ਕਰਨਾ ਕੁਦਰਤ ਜਦੋਂ ਆਪਦੇ ਆਈ ਤੇ ਆ ਗਈ ਨਾ ਅੰਦਰੋਂ ਵੀ ਕੱਢ ਕੇ ਲੈ ਉਹ ਤਾਂ ਹੋ ਹੀ ਜਾਣਾ ਕੁਦਰਤ ਪਿੱਛੇ ਘਭਰਾਉਣ ਦੀ ਲੋੜ ਨਹੀਂ ਫਸਲ ਨੂੰ ਖਰਾਬ ਕਰਨ ਦੀ ਲੋੜ ਨਹੀਂ ਜੀ ਆਪਾਂ ਟੌਪਿਕ ਤੇ ਆਈਏ ਹੁਣ ਟੌਪਿਕ ਉਹੀ ਚੀਜ਼ ਹੈ ਨਾ ਵੀ ਆਪਾਂ ਫਸਲ ਦੀ ਬਿਜਲੀ ਪੁੱਤਾ ਵਾਂਗ ਪਾਲ ਵੀ ਲੇਤੀ ਆਪਾਂ ਉਸ ਸਟੇਟ ਤੇ ਤਾਂ ਗਏ ਨਹੀਂ ਜਿੱਥੇ ਚਾਰ ਪਾਉਣਾ ਮਤਲਬ ਕਿਦਾਂ ਪਛਾਣ ਕੀਤੀ ਜਾਵੇ ਵੀ ਹੁਣੇ ਇੱਥੇ ਆਪਣੇ ਕੋਲੇ ਮੱਕੀ ਤਾਂ ਹੈ ਨਹੀਂ ਮੱਕੀ ਹੈ ਨਹੀਂ ਹੈਨਾ ਹਾਂ ਛੱਲੀ ਨੂੰ ਜਦੋਂ ਛੱਲੀ ਬਣ ਗਈ ਛੋਟੀ ਭੁੰਨਣ ਜੋਗ ਹੋ ਗਈ ਦੇਸੀ ਜੀ ਭਾਸ਼ਾ ਚ ਜਦੋਂ ਛੱਲੀ ਭੁੰਨ ਲਈ ਆਪਾਂ ਹੱਥ ਨਾਲ ਦਾਣੇ ਪਿਚਕ ਜਾਂਦੇ ਨੇ ਨਿਕਲਦੇ ਨਹੀਂ ਆਪਾਂ ਮੂੰਹ ਨਾਲ ਚੱਬ ਲੈਨੇ ਹਾਂ ਨਿਕਲਦੇ ਨਹੀਂ ਹੱਥ ਨਾਲ ਨਿਕਲਦੇ ਨਹੀਂ ਹਾਂ ਜਦੋਂ ਦਾਣਾ ਹੱਥ ਨਾਲ ਨਿਕਲਣ ਵਾਲਾ ਹੋ ਜੇ ਭੁੱਜੇ ਤੋਂ ਠੀਕ ਹੈ ਅੱਗ ਤੇ ਇਹਨੂੰ ਛੱਲੀ ਨੂੰ ਤੋੜ ਲੈਣਾ ਜੀ ਦਾਣਾ 50% ਚਿੱਟੇ ਰੰਗ ਦਾ 50% ਲਾਲ ਰੰਗ ਦਾ ਅੱਧਾ ਦਾਣਾ ਅੱਧਾ ਅੱਧਾ ਹੋਣਾ ਚਾਹੀਦਾ ਗੋਲ ਨੂੰ ਤੋੜ ਲੈਣਾ ਆਪਾਂ ਜੀ ਉਹ ਫਿਰ ਹਾਂ ਦੱਸੂਗਾ ਇੱਕ ਸਾਈਡ ਉਹ ਇੱਕ ਉੱਪਰਲੇ ਪਾਸੇ ਦਾਣਾ ਲਾਲ ਹੋ ਜਾਂਦਾਗਾ ਜੀ ਜਿਹੜੇ ਪਿੱਛਾ ਵਾਲਾ ਪਾਸਾ ਹੁੰਦਾ ਉਹਦੀ ਹੂੰ ਦਾਣੇ ਦੀ ਉਹ ਹੁੰਦਾਗਾ ਚਿੱਕੇ ਰੰਗ ਦਾ ਚਿੱਟਾ ਰੰਗ ਦਾ ਜੜ ਚੋਂ ਜੜ ਚੋਂ ਹਾਂ ਹੂੰ ਉਹ ਚਿੱਟੇ ਰੰਗ ਦਾ ਇਹ ਉਹਦੀ ਨਿਸ਼ਾਨੀ ਆ ਮਤਲਬ ਅੱਧਾ ਅੱਧਾ ਲਾਲ ਤੇ ਚਿੱਟਾ ਹਾਂ ਤੇ ਫਿਰ ਪਾਉਣ ਵੇਲੇ ਕਿਹੜੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ ਪਾਉਣ ਵੇਲੇ ਆਪਾਂ ਨੇ ਪਾਉਣ ਵੇਲੇ ਧਿਆਨ ਰੱਖਣਾ ਵੀ ਸਾਡੇ ਕੋਲੇ ਲਾਗਤ ਕਿੰਨੀ ਆ ਜੀ ਸਾਡੇ ਕੋਲ ਲਾਗਤ 2 ਟੋਕਰਿਆਂ ਦੀ ਆ ਹੂੰ ਪਾਉਣਿਆ ਸੀ 4 ਉਹ ਗਾਜੂ ਬਾਈ ਜੀ ਉਹਨੇ ਗੱਲ ਨਹੀਂ ਕਰਨ ਉਹ ਬੰਦੇ 4 ਨਾ ਪਾਉਣ ਜਿਹੜੀ ਮੈਂ ਗੱਲ ਪਹਿਲਾਂ ਕਹਿ ਕੇ ਹੈ ਕਿ ਵੀ ਆਪਣੇ ਕੋਲੇ ਜੇ ਆਪਾਂ ਨੂੰ ਉਹ ਜਦੋਂ ਆਪਾਂ ਮਤਲਬ ਵੱਡ ਲਿਆ ਆਪਾਂ ਸਟੈਪ ਬਾਈ ਸਟੈਪ ਚੱਲਾਂਗੇ ਸਾਰਾ ਹਾਂ ਜਦੋਂ ਆਪਾਂ ਵੱਡ ਲਿਆ ਖੇਤ ਚੋਂ ਜਦੋਂ ਟਰਾਲੀਆਂ ਨਾਲ ਲਿਆਉਣਾ ਉਦੋਂ ਕਿਹੜੀ ਗੱਲਾਂ ਦਾ ਵੀ ਟਰੈਕਟਰ ਨਾਲ ਲਤੜਾਈ ਵਗੈਰਾ ਦਾ ਉਹ ਚੀਜ਼ਾਂ ਦਾ ਫਰਕ ਕਿੰਨਾ ਕੁ ਪੈਂਦਾ ਬਾਈ ਜੀ ਦੇਖੋ ਚਾਰ ਤੁਸੀਂ ਲਾ ਲਿਆ ਹੂੰ ਲਤੜੀ ਜਾਂਦੇ ਨਾਲ ਹੁੰਦੇ ਹਨ ਹਾਂ ਦੂਏ ਲਾਤਣ ਤੋਂ ਬਾਅਦ ਸੈੱਟ ਹੋ ਗਿਆ ਸਾਰਾ ਤੁਸੀਂ ਸੈੱਟ ਕਰ ਲਿਆ ਹੂੰ ਲੇਕਿਨ ਉਹ ਦੂਜੇ ਦਿਨ ਵੀ ਆਪਾਂ ਕੋਟੋਕੜ 10 ਘੰਟੇ ਟਰੈਕਟਰ ਠੀਕ ਹੈ ਮਤਲਬ ਲਤੜਾਈ ਪੂਰੀ ਫੁੱਲ ਚਾਹੀਦੀ ਆ ਰਾਤ ਨੂੰ ਆਪਾਂ ਤੁਰ ਤਪੈਰ ਚਾਰ ਲਾ ਤੜ ਕੇ ਹੂੰ ਬਾਕੀ ਹਰਾ ਰੰਗ ਹੁੰਦਾ ਉਹਦਾ ਜੀ ਆਪਾਂ ਕਹਿੰਦਾ ਸਾਰਾ ਦੰਦਾ ਡਰਾਇਡ ਚੱਲੀ ਜਾਂਦਾ ਉਹ ਲਾਤੜ ਨਹੀਂ ਜਾਂਦਾ ਜੀ ਜਿੰਨਾ ਮਰਦੀ ਆਪਾਂ ਲਾਤੜ ਲਈਏ ਦੂਜੇ ਦਿਨ ਆਪਾਂ ਟਰੈਕਟਰ ਉਹਦੇ ਉੱਤੇ ਚਲਾਉਣੀ ਚਾਹਣਾ ਜੀ ਇਹ ਗੱਲ ਦਾ ਪੱਕਾ ਧਿਆਨ ਰੱਖਣਾ ਦੂਏ ਦਿਨ 10 ਘੰਟੇ ਟਰੈਕਟਰ ਆਪਾਂ ਚਲਾਉਣੀ ਚਾਹਣਾ ਚਲੋ ਲਾਤੜਿਆ ਗਿਆ ਸਾਰਾ ਸੈਟਿੰਗ ਹੋ ਗਈ ਹੁਣ ਇੱਕ ਇੱਥੇ ਇੱਕ ਹੋਰ ਹੈ ਕਈ ਬੰਦੇ ਤਾਂ ਕਹਿੰਦੇ ਨੇ ਵੀ ਤੂੜੀ ਪਾਉਣੀ ਚਾਹੀਦੀ ਆ ਹੂੰ ਉੱਪਰ ਵੀ ਨੀਚੇ ਵੀ ਕਈ ਕਹਿੰਦੇ ਨੇ ਵੀ ਤੂੜੀ ਨਾਲ ਗੜਦਾ ਕਈ ਕਹਿੰਦੇ ਨੇ ਪਾਉਣੀ ਚਾਹੀਦੀ ਪਰ ਥੋੜੀ ਪਾਉਣੀ ਚਾਹੀਦੀ ਇੱਥੇ ਤੁਸੀਂ ਕੀ ਕਹਿਣਾ ਚਾਹੋ ਇਹ ਯਾਰ ਇਹ ਮੈਟਰ ਕਰਦਾਗਾ ਛੋਡਾ ਉਹਦੇ ਮੱਕੀ ਦੇ ਮੁਖਤਰ ਤੇ ਕੱਚੀ ਪਾਲੀ ਤੁਸੀਂ ਹੂੰ ਛੱਲੀ ਹੂੰ ਉਹ ਚ ਪਾਣੀ ਜ਼ਿਆਦਾ ਆ ਜੀ ਤੁਸੀਂ ਤੂੜੀ ਪਾਤੀ ਉੱਪਰ ਜੀ ਉਹਨੇ ਤਾਂ ਉਹਨੇ ਉਹਨਾਂ ਕ ਖਰਾਬ ਹੋਣੀ ਗਰਮੈਸ਼ ਹੋ ਜੇ ਨਾ ਪਾਈਏ ਉਹੀ ਆਗੇ ਨਾ ਜੇ ਨਾ ਪਾਈਏ ਤਾਂ ਵੀ ਹੋਣਾ ਹੁਣ ਇੱਥੇ ਮੈਟਰ ਤੂੜੀ ਦਾ ਆ ਜਾਂਦਾ ਵੀ ਪਾਏ ਤੋਂ ਖਰਾਬ ਜਦੋਂ ਤੁਸੀਂ ਸਹੀ ਸਟੇਜ ਤੇ ਬਾਗੇ ਤੂੜੀ ਪਾਲਿਓ ਨਾ ਪਾਲਿਓ ਫਰਕ ਕੀ ਨਹੀਂ ਪੈਂਦਾ ਤੂੜੀ ਨਾਲ ਕੋਈ ਲਿੰਕ ਨਹੀਂ ਇਹ ਗੱਲ ਦਾ ਅੱਛਾ ਮੈਟਰ ਤਾਂ ਉਸ ਚੀਜ਼ ਦੀ ਆ ਆ ਸਾਈਡਾਂ ਹੀ ਆ ਤੂੰ ਕਹ ਤਾ ਗੱਲ ਜਾਂਦਾ ਸਾਈਡਾਂ ਤੋਂ ਛੋੜੇ ਨਹੀਂ ਬੇਸਿਕਲਿਆ ਹੋਇਆ ਆਪਾਂ ਸਾਹਮਣੇ ਵਾਲੀ ਸਾਈਡ ਹੀ ਦਿਖਾਣੇ ਜੂਮ ਕਰਕੇ ਨਹੀਂ ਸਾਡੇ ਤੇ ਉਹੀ ਚੀਜ਼ ਆ ਹੁਣ ਇਹ ਟੋਆ ਬਣਾਉਣ ਦਾ ਜਿਵੇਂ ਸੂਏ ਵਾਂਗੂ ਪੱਧਰ ਟੋਆ ਹ ਹ ਸਹੀ ਦਾਵਾ ਜੂ ਵੱਟ ਮਾੜੀ ਜੀ ਸਿੱਧੀ ਹੋਈ ਉਹ ਦਾਵ ਘਟ ਆਉਂਦੀ ਆ ਜੀ ਜਿੱਥੋਂ ਪੋਲਾ ਰਹਿ ਗਿਆ ਆਪਾਂ ਪੱਟੀ ਆਪਾਂ ਪੱਟ ਪੱਟੀ ਜਾਂਦੇ ਆਗੇ ਹੂੰ ਇਥੋਂ ਹੀ ਆਪਣੇ ਦੋ ਤਿੰਨ ਪੰਡਾ ਪੂਰੀਆਂ ਹੋ ਗਈਆਂ ਜੀ ਪਰ ਉਦੋਂ ਪੱਠਣ ਤੋਂ ਰਹਿ ਗਿਆ ਦੋ ਦਿਨ ਆਪਾਂ ਖਿਆਲ ਨਾ ਕਰੇ ਉਹਨੂੰ ਉਲੀਆ ਜੀ ਤੀਜੇ ਦਿਨ ਖਰਾਬ ਹਾਂ ਤੀਜੇ ਦਿਨ ਖਰਾਬ ਹੋ ਗਿਆ ਦੇਖੋ ਆਪਾਂ ਆਟਾ ਗੁੰਨ ਕੇ ਧਰਤਾ ਹਾਂ ਬਾਹਰੇ ਧਰਤਾ ਜੇ ਰੋਟੀ ਪਕਾ ਲਈ ਬਗਾ ਲਈ ਆਥਰ ਨੂੰ ਖੱਟਾ ਹੋ ਜਾ ਦੂਏ ਦਿਨ ਉਫਣ ਜਾ ਹਾਂ ਬਿਲਕੁਲ ਸੇਮ ਇਹਦੇ ਵਿੱਚ ਉਹਨਾਂ ਹੀ ਨਾਜ ਆ ਉਹਨਾਂ ਹੀ ਨਾਜ ਦਾ ਪਾਊਡਰ ਬਣਾ ਬਣਾ ਦਿੰਦੀਆਂ ਨੇ ਮਸ਼ੀਨਾਂ ਟੀ ਬਣਾ ਦਿੰਦੀਆਂ ਨੇਗੀਆਂ ਉਹ ਯਾਰ ਦਵਾਈਆਂ ਦੂਈਆਂ ਸਭ ਕੈਮੀਕਲ ਹੁੰਦਾ ਕੋਈ ਲੋੜ ਨਹੀਂ ਤੋਂ ਅੱਛਾ ਜੇ ਤੁਸੀਂ ਨਹੀਂ ਸਾਰਦੇ ਜੀ ਤਾਂ 1 ਕਿਲੋ ਮੰਗਰ 1 ਕਿਲੇ 1 ਕਿਲੇ ਦੇ 4 ਮੰਗਰ ਤੁਸੀਂ 100 ਕਿਲੋ ਨੂਨ ਪਾ ਲਓ ਚੂਹਿਆਂ ਤੋਂ ਬਚਾਉਣ ਉਹਦੇ ਨਾਲ ਖਰਾਬ ਵੀ ਨਹੀਂ ਹੁੰਦਾ ਉਹਦੇ ਨਾਲ ਚੂਹਾ ਨਹੀਂ ਜੀ ਟਰਾਲੀ ਲਾਤੀ 20 ਕਿਲੋ ਵਾਲਾ ��ਟਾ ਆ ਜਾਂਦਾ ਨੂਨ ਦਾ ਕੋਲ ਤਾਂ ਉੱਤੇ ਛੱਟਾ ਦੇ ਦੋ ਜੂਰੀਆ ਵਾਂਗੂ ਦੂਜੀ ਟਰਾਲੀ ਕੋਲ ਦੀ ਦੂਜੀ ਦਾ ਕਰ ਲਓ ਬਹੁਤੇ ਵੱਡੇ ਵੱਡੇ ਫਾਰਮ ਵਾਲਾ ਕੋਈ ਨੂਨ ਨਾ ਪਾਉਂਦਾ ਪਰ ਸਾਡਾ ਤਜਰਬਾ ਕਰਿਆ ਹੋਇਆ ਉਹਦਾ ਰਿਜ਼ਲਟ ਹੈਗਾ ਕੋਈ ਨੂਨ ਦਾ ਨੂਨ ਦਾ ਤੇ ਇਹ ਆਪਣੇ ਮਨ ਲੱਗਦਾ ਸਾਰੇ ਹੀ ਹੋ ਗਿਆ ਘਰ ਰਹਿ ਗਈਆਂ ਕੁਝ ਗੱਲਾਂ ਗੱਲਾਂ ਤਾਂ ਯਾਰ ਇਹੀ ਚੀਜ਼ ਨੇ ਵੀ ਇੱਕ ਤਾਂ ਇੱਕ ਤੋਂ ਪਸ਼ੂ ਨੇ ਨਾ ਮੰਗਾ ਲਓ ਉਹ ਤਾਂ ਪੰਗੇ ਹੀ ਨਾ ਲਓ ਪਹਿਲਾਂ ਤਾਂ ਟੋਆ ਸਹੀ ਟੋਏ ਦੀ ਬਣਤਰ ਸਹੀ ਜੇ ਉਹਨਾਂ ਨੇ ਪੰਗਾ ਵੀ ਲੈਣਾ ਤਾਂ ਮੜਾ ਜਾ ਸਬਰ ਸੰਤੋਖ ਨਾਲ ਬੰਦੇ ਨੂੰ ਕੰਮ ਕਰਨਾ ਚਾਹੀਦਾ ਜੀ ਹੁਣ ਸਾਡੇ ਕੋਲ ਵੀ ਪਸ਼ੂ ਥੋੜੇ ਨੇ ਜੀ ਹਾਂ ਜੀ ਅਸੀਂ 6 ਮਹੀਨੇ ਪਹਿਲਾਂ ਮੇਰੇ ਯਾਰ ਦਾ ਉਸ ਦੇ ਚਾਰਿਆ ਫਟਾ ਲਾਇਆ ਤਰੀਕ ਲਿਖ ਲਈ ਹਮ ਇੱਕੋ ਜਿਹੇ ਪਸ਼ੂ ਨੇ ਇੱਕੋ ਜਿਹਾ ਚਾਰ ਲਿਆਉਣੇ ਜੀ ਇੱਕੋ ਹੀ ਟਰੈਕਟਰ ਜਾਂਦਾ ਹੈਗਾ ਜੀ ਬਚਤ ਹੋ ਗਈ ਹਾਂ ਹਾਂ ਕਰਦਾ ਆਪ ਵੀ ਆਪਦੇ ਟੋਕਰੇ ਅੱਦੇ ਤੇ ਕਰ ਲੈਨੇ ਜੀ ਰੋਜ਼ ਬੰਨਣਾ ਉਹਦੇ 6 ਮਹੀਨੇ ਪੂਰੇ ਹੋ ਗਏ ਹੂੰ ਨਹੀਂ ਭਾਈ ਉੱਥੋਂ ਹੀ ਪੱਲੀ ਪਾ ਕੇ ਲਿਓਣੇ ਪਹਿਲਾਂ ਆਪਦੇ ਚਾਰ ਟੋਕਰੇ ਮੈਂ ਪਾ ਲੇ ਉੱਤੇ ਪੱਲੀ ਵਿਛਾਲੀ ਉੱਤੇ ਉਹਦੇ ਚਾਰ ਪਾ ਲੇ ਜੀ ਰੋਜ਼ ਮਣਕੀ ਪਾਉਣੀ ਹੈ ਮਣਕੀ ਪਾਉਣੀ ਆ ਤੇ ਗੱਲ ਹੁੰਦੀ ਆ ਹਾਜਮੇ ਤੇ ਸਬਰ ਦੀ ਉਹ ਸਾਡੇ ਥੋੜਾ ਜਿਹਾ ਹੁਣ ਘਟ ਗਿਆ ਜੀ ਜੁਗ ਜਹਾ ਬਦਲ ਗਿਆ ਨਾ ਹੂੰ ਹੁਣ ਤਾਂ ਬੀੜੀਆਂ ਵੀ ਨਹੀਂ ਕਰਦੇ ਲੋਕ ਰਹੀ ਨਹੀਂ ਆਪ ਤੇ ਮਿਲਬਰਤਨ ਦਾ ਮਿਲਬਰਤਨ ਨਹੀਂ ਰਿਹਾ ਬਹੁਤ ਘਟ ਗਿਆ ਜਿਨ੍ਹਾਂ ਨੇ ਮਿਲਵਰਤਨ ਕਰਨਾ ਦੀ ਮੈਂ ਹਰੇਕ ਵੀਡੀਓ ਚ ਗੱਲ ਕਹਿਣਾ ਹੁੰਦਾਗਾ ਜਿਨ੍ਹਾਂ ਨੇ ਬੀੜੀਆਂ ਕਰਨੀਆਂ ਸੀ ਮਿਲਵਰਤਨ ਕਰਨਾ ਸੀ ਇਹ ਕੰਮ ਨੂੰ ਅੱਗੇ ਬਧੋ ਕੈਨੇਡਾ ਵਾ ਹਮ ਸਹੀ ਗੱਲ ਹੈ ਜੀ ਇੱਕ ਤਾਂ ਟੋਏ ਦੀ ਬੰਤਰ ਸਹੀ ਹੋਣੀ ਚਾਹੀਦੀ ਹੈ ਆਪਣੇ ਨੰਬਰ ਤੇ ਸਭ ਤੋਂ ਪਹਿਲਾਂ ਦੂਜੀ ਗੱਲ ਮੱਕੀ ਦਾ ਆਪਾਂ ਧਿਆਨ ਰੱਖਣਾ ਆ ਆਪਾਂ ਮੱਕੀ ਸਟੋਰੀ ਦੀ ਪੱਕਣ ਵਾਲੇ ਪਾਸੇ ਸਟੇਜ ਬਾਗੀ ਹੁਣ ਨਾ ਜਿੰਨੇ ਗ੍ਰਾਈਂਡਰ ਆਉਂਦੇ ਨੇ ਮਸ਼ੀਨਾਂ ਆਉਂਦੀਆਂ ਨੇ ਅੱਗੇ ਤਾਂ ਚਾਰ ਪੋਰੀਆਂ ਹੀ ਪੜ ਦਿੰਦੇ ਹੁਣ ਤਾਂ ਸਾਰੇ ਗਰੀਡਿੰਗ ਕਰਦੇ ਨੇ ਗਰੀਡਿੰਗ ਦਾਣੇ ਨੂੰ ਲੇਟੀ ਤੋਂ ਵੀ ਬਰੀਕ ਕਰ ਦਿੰਦੇ ਨੇ ਭੰਨ ਕੇ ਹਨ ਜੀ ਪੱਕਣ ਵਾਲੇ ਪਾਸੇ ਬਾਗੀ ਉਹਦਾ ਰਿਜ਼ਲਟ ਵਧੀਆ ਆਊਗਾ ਖਰਾਬ ਨਹੀਂ ਆਉਂਦਾ ਜੀ ਬਾਣਾਂ ਨੂੰ ਬਹੇ ਪੰਦਾ ਗੋਇਥਾਈ ਨਿਕਲ ਜਾਂਦੇ ਨੇ ਕੁਛ ਨਹੀਂ ਹੁੰਦਾ ਜੀ ਅੱਗੇ ਹੜੰਬੇ ਸਾਫ ਤੇ ਦਾਣੇ ਛੱਡ ਦਿੰਦੇ ਹੁੰਦੇ ਉਹ ਗੋਇਥਾਈ ਨਿਕਲ ਜਾਂਦੀ ਹੈ ਨਾ ਹੁਣ ਨਹੀਂ ਛੱਡਦੇ ਹੁਣ ਤਾਂ ਸਾਰਿਆਂ ਦੇ ਕਿਸੇ ਦੇ ਬਾਸਕਟ ਲਾ ਲਈ ਕਿਸੇ ਦੇ ਗਰੀਡਰ ਲਾ ਲਿਆ ਮਤਲਬ ਟੈਕਨੋਲੋਜੀ ਇੰਨੀ ਕਰਵਾ ਟੈਕਨੋਲੋਜੀ ਵੱਧ ਗਈ ਵੀ ਹੁਣ ਤਾਂ ਉਹ ਇੱਥੇ ਦਾਣੇ ਦਾ ਪਤਾ ਵੀ ਨਹੀਂ ਲੱਗ ਰਿਹਾ ਉਹ ਉੱਪਰੋਂ ਚੱਕੋ ਥੋੜਾ ਜਿਹਾ ਹਾਂ ਆ ਦੇਖੋ ਹੁਣ ਇਹ ਦਾਣਾ ਬਾਈ ਪੰਨਿਆਂ ਤੇ ਦਿਖਾ ਦਿ ਚਮਾ ਕੈਮਰੇ ਦੇ ਕੋਲੇ ਆ ਜਾ ਆ ਦੇਖੋ ਇਹ ਦਾਣਾ ਪਾੜਿਆ ਪਿਆਗਾ ਜੀ ਇਧਰੋਂ ਤਾਂ ਸਹੀ ਆ ਪਰ ਇਧਰੋਂ ਪਾੜਿਆ ਪਿਆ ਇਹ ਇਹ ਗੋਇਸਾਂ ਕੀ ਨਿਕਲਣੇ ਨੇ ਇਹ ਤਾਂ ਹਜਮ ਹੋ ਜਾਣਾ ਹਾਂ इजीली ਤੇ ਪਰ ਕੱਚੀ ਮੱਕੀ ਦਾ ਨੁਕਸਾਨ ਉਹ ਉਲੀ ਵੀ ਆਊਗੀ ਤੁਸੀਂ ਵੀ ਉਲਜੋਗੇ ਮੁਕਤ ਉਹਦੇ ਪਾਣੀ ਵੀ ਜ਼ਿਆਦਾ ਹੋਊਗਾ ਪਕਾਸ ਸਹੀ ਹੋਣਾ ਚਾਹੀਦਾ ਇਸ ਤੋਂ ਬਾਅਦ ਲਤੜਾਈ ਜਿਹੜੀ ਆ ਲਤੜਾਈ 2 ਦਿਨ ਹੋਣੀ 2 ਦਿਨ ਇੱਕ ਦਾ ਉੱਤੇ ਜਿੱਦੇ ਤੁਸੀਂ ਪਾ ਰਹੇ ਹੋ ਦੋਏ ਦਿਨ ਵੀ ਤੁਸੀਂ 10 ਘੰਟੇ ਉੱਤੇ ਲਾਉਣੇ ਨੇ ਜੀ ਟੋਵਾ ਸਹੀ ਚੱਲਣਾ ਚਾਹੀਦਾ ਟੋਵਾ ਸਹੀ ਚੱਲਣਾ ਚਾਹੀਦਾ ਤੇ ਲਤੜਾਈ ਤੋਂ ਬਾਅਦ ਆਪਣਾ ਜਿਹੜਾ ਡੇਲੀ ਪੱਟਣ ਦਾ ਉਹ ਡੇਲੀ 1 ਇੰਚ ਸਾਰੀ ਲੇਅਰ ਲੈ ਜੇ ਲੇਅਰ ਲੈ ਜਾਣੀ ਚਾਹੀਦੀ ਸਾਰੀ ਜੀ ਹਾਂ ਤਾਂ ਹੀ ਮਤਲਬ ਆਪਣਾ ਚਾਰਾ ਜਿਹੜਾ ਖਰਾਬ ਹੋਣ ਤੋਂ ਆਪਾਂ ਬਚਾ ਸਕਦੇ ਹਾਂ 90% ਤੱਕ ਆ ਦੇਖ ਹੁਣ ਮੇਰੇ ਦੇਖ ਜ਼ੂਮ ਕਰ ਲੈ ਚਾਹੀ ਜੀ ਆਟਾ ਲੱਗ ਗਿਆ ਨਾ ਹਾਂਜੀ ਹਣਾ ਇਹ ਭਿਜਿਆ ਆਟਾ ਦਾ ਪੱਕੀ ਦਾ ਜਦੋਂ ਇਹ ਹਵਾ ਲੱਗੂਗੀ ਉਲੀ ਤੇ ਨੂੰ ਆਉਣੀ ਫਿਰ ਜੀ ਉਸੇ ਕਰਕੇ ਤੁਸੀਂ ਉਹਨਾਂ ਕਾਹ ਉਹ ਕਰੋ ਬਹੁਤ ਘੱਟ ਖਰਾਬ ਹੋਇਆ ਤੁਸੀਂ ਉੱਪਰੋਂ ਵੀ ਇੱਕ ਵਾਰੀ ਕਾਗੇ ਚੱਕ ਕੇ ਦਿਖਾ ਦਿਓ ਨਹੀਂ ਕਾਗੇ ਨਹੀਂ ਸਾਡੇ ਕਾਗਜ ਮੇਰੇ ਤਾਂ ਹੋਏ ਨਹੀਂ ਸਾਡੇ ਤਾਂ ਇਹ ਆ ਕਾਗਜ ਸਾਰਾ ਸੂਰਾਂ ਨੇ ਪਾੜਤਾ ਬਾਈ ਸਹੀ ਸਹੀ ਹੈ ਜੰਗਲੀ ਸੂਰ ਆਏ ਰਾਤ ਨੂੰ ਉੱਪਰ ਚੜ ਗਏ ਦੇ ਮਾਰਮ ਉਹ ਸਭ ਪਾੜਤਾ ਫਿਰ ਅਸੀਂ ਆ ਮੂੜੀਆਂ ਮੂੜੀਆਂ ਲਾਈਆਂ ਫੇਰਾ ਕਾਗਜ਼ ਦੁਆਰੇ ਪਾਇਆ ਦਾ ਦੱਬਿਆ ਵੀ ਦੁਆਰੇ ਚਾਰ ਪਰ ਉਹ ਗੱਲ ਬਣਦੀ ਨਹੀਂ ਹੁਣ ਸਾਡਾ 4 5 4% ਖਰਾਬ ਹੈਗਾ ਜੀ ਹੋਊਗਾ ਜੀ ਹੁਣ ਅਸੀਂ ਦੇਖ ਕੇ ਪਾਉਣੇ ਆਂਗੇ ਮੇਨ ਕਾਰਨ ਦਾ ਸਾਡਾ ਦਾ ਜੰਗਲੀ ਸੂਰਾ ਨੇ ਖਰਾਬ ਕਰਿਆ ਸਾਰਾ ਕਾਗਜ਼ ਉਹਨੇ ਪਾੜਿਆ ਜੀ ਆ ਦੁਆਰੇ ਪਾਇਆ ਕਾਗਜ਼ ਸੀ ਨਮਾ ਤਾਂ ਉੱਪਰ ਇਹਦੇ ਠੀਕ ਹੈ ਹਾਂ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਲਾਈਕ ਕਰ ਦਿਓ ਤੇ ਕਮੈਂਟਾਂ ਵਿੱਚ ਤੁਸੀਂ ਵੀ ਦੱਸੋ ਵੀ ਜੇ ਕਿਸੇ ਨੂੰ ਪਤਾ ਇਹਦੇ ਬਾਰੇ ਕਿਸ ਤਰ੍ਹਾਂ ਬਚਾ ਸਕਦੇ ਆ ਆਪਣੇ ਆਪਣੇ ਵਿਚਾਰ ਦੇ ਸਕਦੇ ਹੋ ਤੇ ਆਪਾਂ ਸਰੋਂ ਦਾ ਵੀ ਝਾੜ ਦਿਖਾਵਾਂਗੇ ਸਰੋਂ ਆਪਣੀ ਵੱਡੀ ਗਈ ਤੇ ਅਰਸ਼ੋ 26 ਦਾ ਵੀ ਝਾੜ ਲੈ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ ਜੀ ਚੈਨਲ ਨਾਲ ਜੁੜੇ ਰਹੋ